ਬਟਾਲਾ 'ਚ ਇੱਕ ਆਈਸ ਫੈਕਟਰੀ 'ਚ ਅਚਾਨਕ ਧਮਾਕਾ ਹੋਣ ਨਾਲ ਗੈਸ ਲੀਕ ਹੋਣੀ ਸ਼ੁਰੂ ਹੋ ਗਈ, ਜਿਸ ਦੇ ਬਾਅਦ ਜ਼ਹਿਰੀਲੀ ਗੈਸ ਸਾਰੇ ਇਲਾਕੇ 'ਚ ਫੈਲ ਗਈ। ਇਸ ਦੌਰਾਨ ਫੈਕਟਰੀ 'ਚ ਮੌਜੂਦ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਫੈਕਟਰੀ ਮਾਲਕ ਸਮੇਤ 4 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਹਦੇ 'ਚ ਆਈਸ ਫੈਕਟਰੀ ਇੱਥੇ ਕਨਵਨ ਰੋਡ 'ਤੇ ਬਟਾਲੇ, ਜਿਹਦੇ 'ਚ ਗੈਸ ਸਿਲੰਡਰ ਪਹਿਲਾਂ ਲੀਕ ਹੋਇਆ, ਫਿਰ ਫਟਣ ਨਾਲ ਜਿਹੜੀ ਗੈਸ ਉਹ ਇੱਕਦਮ ਫੈਲੀ ਹੈ, ਜਿਹਦੇ ਨਾਲ ਅੰਦਰ ਇਹਨਾਂ ਦੇ 3-4 ਵਰਕਰ ਸੀ, ਜਿਹਦੇ 'ਚੋਂ ਇੱਕ ਦੀ ਡੈਥ ਹੋ ਗਈ ਹੈ। 3 ਵਰਕਰ ਇਹਨਾਂ ਦੇ ਐਡਮਿਟ ਕਰਾਏ ਗਏ ਨੇ, ਜਿਹੜੇ ਇਹਨਾਂ ਦੇ 2 ਓਨਰ ਨੇ ਉਹ ਵੀ ਹੋਸਪਿਟਲ ਐਡਮਿਟ ਨੇ। ਹਾਂਜੀ, ਉਹ ਮੇਰਾ ਇਹ ਭਣੂਈਆ ਵਾ, ਬਲਕਾਰ ਸਿੰਘ ਦਾ ਨਾਮ ਆ, ਇਹ ਚੂਹੇਵਾਲ ਤੋਂ ਆ ਅਤੇ ਇੱਥੇ ਰਾਜਮਿਸਤਰੀ ਕੋਲ ਕੰਮ ਕਰਨ ਡਏ ਸੀ। ਮੈਨੂੰ ਤਾਂ ਹੁਣੇ ਦੁਕਾਨ 'ਤੇ ਪਤਾ ਲੱਗਾ ਵਾ ਅਤੇ ਅਸੀਂ ਤਾਂ ਫਟਾਫਟ ਭੱਜੇ ਆਏ ਹਾਂ, ਸਾਨੂੰ ਹੋਰ ਕੋਈ ਬਾਰੇ ਪਤਾ ਨਹੀਂ ਲੱਗਾ। ਇਹ ਡਾਕਟਰ ਸਾਹਿਬ ਇਹ ਕੋਈ ਦੱਸਣ ਨਹੀਂ ਡਿਆ ਸਾਨੂੰ, ਅਜੇ ਅਜੇ ਸਾਨੂੰ ਅੱਗੇ ਵੀ ਨਹੀਂ ਜਾਣ ਦਿੱਤਾ ਅਜੇ ਉਹਨਾਂ ਨੇ। ਕੋਈ ਸਿਲੰਡਰ ਅੱਗੇ ਫਟਿਆ ਵਾ ਆ, ਇੱਧਰ ਅੱਗੇ ਕੋਈ ਪਤਾ ਨਹੀਂ, ਕੰਮ ਕਰਦੇ ਸੀ, ਰਾਜਮਿਸਤਰੀ ਦਾ ਕੰਮ ਕਰਦੇ ਸੀ। ਆਈਸ ਫੈਕਟਰੀ ਦੇ ਵਿੱਚੋਂ ਦੀ ਗੈਸ ਲੀਕ ਹੋਈ ਸੀ, ਜਿਹੜੀ ਮੋਸਟ ਲਾਈਕਲੀ ਅਮੋਨੀਆ ਗੈਸ ਸੀ। ਅਮੋਨੀਆ ਗੈਸ ਦੇ ਵਿੱਚ ਸਪਰੈਡ ਕਰਦੀ ਹੈ, ਇਹਦੇ ਵਿੱਚ 4 ਪੇਸ਼ੈਂਟ ਜਿਹੜੇ ਨੇ ਉਹਨਾਂ ਨੂੰ ਥੋੜ੍ਹੀ ਰੈਸਪੀਰੇਟਰੀ ਪ੍ਰੋਬਲਮ ਆਈ ਸੀ, ਜਿਹੜੀ ਅੰਡਰ ਟ੍ਰੀਟਮੈਂਟ ਆ। 1 ਪੇਸ਼ੈਂਟ ਦੀ ਡੈਥ ਹੋ ਗਈ ਆ, ਔਰ ਸਾਰਾ ਏਰੀਆ ਜਿਹੜਾ ਵਾ ਉਹਦੇ ਸਾਡੇ ਕੋਲ ਐਂਬੂਲੈਂਸਸ ਖੜੀਆਂ ਨੇ, ਜਿਹਦੇ ਵਿੱਚ ਆਕਸੀਜਨ ਦੀ ਕਾਫੀ ਅੱਛੀ ਮਿਕਦਾਰ ਆ, ਔਰ ਸਾਰੇ ਜੋ ਵੀ ਇੱਥੇ ਲੋਕ ਨੇ ਉਹਨਾਂ ਨੂੰ ਮਾਸਕ ਪ੍ਰੋਵਾਈਡ ਕਰਤੇ ਗਏ ਆ, ਸਮਝਾ ਦਿੱਤਾ ਗਿਆ ਵੀ ਓਪਨ ਸਪੇਸ ਦੇ ਵਿੱਚੋਂ ਇਸ ਜਗ੍ਹਾ ਤੋਂ ਹਟ ਕੇ ਥੋੜ੍ਹੀ ਦੂਰ ਰਹਿਣ। ਬਠਿੰਡਾ 'ਚ ਆਲ ਪੰਜਾਬ ਆਂਗਣਵਾੜੀ ਵਰਕਰ ਯੂਨੀਅਨ ਵੱਲੋਂ ਪਿਛਲੇ 4 ਦਿਨਾਂ ਤੋਂ ਆਪਣੀਆਂ ਮੰਗਾਂ ਦੇ ਸੰਬੰਧ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਦੇ ਬਾਹਰ ਲਗਾਤਾਰ ਧਰਨਾ ਜਾਰੀ ਹੈ। ਇਸ ਦੌਰਾਨ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਜੰਮ ਕੇ ਨਾਅਰੇਬਾਜ਼ੀ ਕੀਤੀ। ਦੇਖੋ ਜੀ, ਅਸੀਂ ਆਪਣੀਆਂ ਮੰਗਾਂ ਲੈ ਕੇ ਲਗਾਤਾਰ ਜਿਹੜਾ ਸੰਘਰਸ਼ ਜਾਰੀ ਕੀਤਾ ਹੈ, ਅਸੀਂ ਓਨੀ ਦੇਰ ਤੱਕ ਇਸੇ ਤਰ੍ਹਾਂ ਹੀ ਆਪਦਾ ਸੰਘਰਸ਼ ਜਾਰੀ ਰੱਖਾਂਗੇ, ਜਿੰਨੀ ਦੇਰ ਤੱਕ ਸਰਕਾਰ ਸਾਡੀਆਂ ਮੰਗਾਂ ਨੂੰ ਸੁਣਦੀ ਨਹੀਂ, ਸਾਨੂੰ ਕੋਈ ਮੀਟਿੰਗ ਦਾ ਸਮਾਂ ਨਹੀਂ ਦਿੰਦੀ। ਸਾਡਾ ਜਿਹੜਾ ਮੇਨ ਮੰਗ ਹੈਗੀ ਹੈ ਵੀ ਸਾਡਾ ਜਿਹੜਾ ਮਾਣ ਭੱਤਾ ਉਹ ਦਿੱਲੀ ਪੈਟਰਨ 'ਤੇ ਕੀਤਾ ਜਾਵੇ। ਉਸ ਤੋਂ ਬਾਅਦ ਵਿੱਤ ਮੰਤਰੀ ਸਾਡੇ ਆਪਣੇ ਹਲਕੇ ਦੇ ਹੈ, ਅਤੇ ਸਾਨੂੰ ਸਮੱਸਿਆ ਇਹ ਆ ਰਹੀ ਹੈ ਕਿ ਪਿਛਲੇ ਦਸੰਬਰ 2015 ਤੋਂ ਸਾਨੂੰ ਆਂਗਨਵਾੜੀ ਸੈਂਟਰਾਂ ਦਾ ਕਿਰਾਇਆ ਨਹੀਂ ਮਿਲਿਆ। ਬਲਾਕ ਬਠਿੰਡਾ ਦੇ 190 ਸੈਂਟਰਾਂ 'ਚੋਂ 129 ਸੈਂਟਰ ਜਿਹੜੇ ਆ ਉਹ ਕਿਰਾਏ 'ਤੇ ਚੱਲ ਰਹੇ ਹੈ। ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਅੱਜ ਸਾਡੀਆਂ ਆਹ ਮੰਗਾਂ ਦੇ ਸੰਬੰਧ ਵਿੱਚ 4ਵਾਂ ਦਿਨ ਚੱਲ ਰਿਹਾ, ਜੇਕਰ ਸਰਕਾਰ ਨੇ ਸਾਡੀ ਕੋਈ ਮੰਗ ਦੇ ਵੱਲ ਧਿਆਨ ਨਾ ਦਿੱਤਾ ਤਾਂ ਅਸੀਂ ਆਪਦਾ ਸੰਘਰਸ਼ ਜਾਰੀ ਰੱਖਾਂਗੇ। 1 ਮਹੀਨੇ ਤੱਕ ਤਾਂ ਅਸੀਂ ਇਸੇ ਤਰ੍ਹਾਂ ਹੀ ਚੱਲਾਂਗੇ, ਉਸ ਤੋਂ ਬਾਅਦ ਅਸੀਂ ਆਪਦਾ ਸੰਘਰਸ਼ ਦਿਨ ਰਾਤ ਦੇ ਸੰਘਰਸ਼ ਦੇ ਵਿੱਚ ਤਬਦੀਲ ਕਰ ਦਾਂਗੇ। ਬਠਿੰਡਾ, ਭੀਖੀ ਬਲਾਕ, ਬਰਨਾਲਾ ਬਲਾਕ, 200 ਦੇ ਕਰੀਬ ਸਾਡੀਆਂ ਅੱਜ ਆਂਗਣਵਾੜੀ ਵਰਕਰਾਂ ਹੈਲਪਰਾਂ ਇੱਥੇ ਮੌਜੂਦ ਨੇ। ਬਠਿੰਡਾ ਦੀ GRP ਰੇਲਵੇ ਪੁਲਿਸ ਨੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਕਾਬੂ ਕੀਤੇ ਗਏ ਚੋਰਾਂ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ। ਅੱਜ ਮਾਣਯੋਗ ADGP ਸਾਹਿਬ ਸਾਡੇ ਸ਼੍ਰੀ ਰੋਹਿਤ ਚੌਧਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ 'ਤੇ ਲੁੱਟਾਂ ਖੋਹਾਂ ਕਰਨ ਵਾਲੇ ਅਤੇ ਬਦਮਾਸ਼ਾਂ ਨੂੰ ਫੜਨ ਦੀ ਮੁਹਿੰਮ ਬਹੁਤ ਤਕੜੇ ਲੈਵਲ 'ਤੇ ਚਲਾਈ ਹੋਈ ਹੈ, ਜਿਸ ਵਿੱਚ ਇੱਕ ਵਾਰਦਾਤ 21 ਤਰੀਕ ਨੂੰ ਡੱਬਵਾਲੀ ਪੁਲ ਦੇ ਥੱਲੇ ਰੇਲਵੇ ਲਾਈਨ ਜਾਂਦੀ ਹੈ, ਉੱਥੇ ਹੋਈ ਸੀ। ਸਵਰਨਜੀਤ ਸਿੰਘ ਦੇ ਨਾਲ ਉਹਦੇ ਰੋਡਾਂ ਮਾਰ ਕੇ ਉਹਦੇ ਸਿਰ ਦੇ ਵਿੱਚ 5-6 ਕਾਫੀ ਗੰਭੀਰ ਰੂਪ 'ਚ ਜ਼ਖਮੀ ਕਰਨ ਤੋਂ ਪੈਸੇ ਲੁੱਟ ਲਏ ਸੀਗੇ ਅਤੇ ਮੋਬਾਈਲ ਵਗੈਰਾ, ਜਿਸ ਵਿੱਚ SHO ਹਰਜਿੰਦਰ ਸਿੰਘ ਜਿਹੜੇ ਬਠਿੰਡੇ ਦੇ, ਉਹਨਾਂ ਦੀ ਅਗਵਾਈ ਵਿੱਚ ਸਾਰੇ ਥਾਣੇ ਦੀ ਪੁਲਿਸ ਨੇ ਬੜਾ ਸ਼ਲਾਘਾਯੋਗ ਕੰਮ ਕੀਤਾ ਅਤੇ ਉਹਨਾਂ ਨੇ 3 ਮੁਲਜ਼ਮ ਲੁਟੇਰੇ ਜਿਹੜੇ ਆ ਫੜੇ ਨੇ, ਹਰਜਿੰਦਰ ਸਿੰਘ ਆ, ਆਜ਼ਾਦ ਸਿੰਘ ਅਤੇ ਵੀਰੂ ਖਾਨ, 19-20 ਸਾਲ ਦੀਆਂ ਉਮਰਾਂ। ਇਹਨਾਂ ਕੋਲੋਂ 15 ਮੋਬਾਈਲ ਅਤੇ ਪਲੱਸ ਰਾਡ
ਅਤੇ ਹੋਰ ਦੋ ਮੋਟਰਸਾਈਕਲ ਬਰਾਮਦ ਹੋਏ ਨੇ ਅਤੇ ਜਿਨ੍ਹਾਂ ਨੂੰ ਅੱਜ ਮੁਕੱਦਮਾ ਨੰਬਰ ਦਰਜ ਕਰਕੇ 15-379-B ਦਾ ਲੁੱਟ ਖੋਹ ਦਿੰਦਾ ਅਤੇ ਉਹ ਗ੍ਰਿਫਤਾਰ ਕਰਕੇ ਅੱਜ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ 2 ਦਿਨ ਦਾ। ਡੇਰਾਬੱਸੀ ਦੀ ਤਹਿਸੀਲ 'ਚ 2 ਦਿਨਾਂ ਹੜਤਾਲ ਦੇ ਚੱਲਦਿਆਂ ਕੰਮਕਾਜ ਠੱਪ ਰਿਹਾ। ਉੱਥੇ ਹੀ ਇਸਦਾ ਸਿੱਧਾ ਅਸਰ ਤਹਿਸੀਲ 'ਚ ਕੰਮ ਕਰਾਉਣ ਆਏ ਲੋਕਾਂ 'ਤੇ ਦਿਖਿਆ, ਜੋ ਕਿ ਕਾਫੀ ਪਰੇਸ਼ਾਨ ਨਜ਼ਰ ਆਏ। ਇਹ ਰਜਿਸਟਰੀਆਂ ਜਿਹੜੀਆਂ ਬੰਦ ਕੀਤੀਆਂ ਗਈਆਂ, ਅਨਆਥੋਰਾਈਜ਼ਡ ਕਲੋਨੀਆਂ ਦੀਆਂ ਜਿਹੜੀਆਂ ਬੰਦ ਕੀਤੀਆਂ ਗਈਆਂ, ਜਿਹੜੀਆਂ ਜਿਨ੍ਹਾਂ ਨੇ ਕੋਈ ਫੀਸ ਨਹੀਂ ਭਰੀ ਜਾਂ ਆਪਣੇ ਪਲਾਟਾਂ ਨੂੰ ਰੈਗੂਲਰ ਨਹੀਂ ਕਰਾਇਆ, ਜੋ ਪਲਾਟ ਰੈਗੂਲਰ ਹੈ ਉਹਨਾਂ ਦੀਆਂ ਰਜਿਸਟਰੀਆਂ ਬੰਦ ਨਹੀਂ ਹਨ। ਜੋ ਰੈਗੂਲਰ ਨਹੀਂ ਪਲਾਟ ਕਰਾਏ ਗਏ, ਜਿਨ੍ਹਾਂ ਦੀ ਫੀਸ ਵਗੈਰਾ ਨਹੀਂ ਭਰੀ ਗਈ ਕੰਪੀਟੈਂਟ ਅਥਾਰਟੀ ਪਾਸ, ਉਹ ਰਜਿਸਟਰੀਆਂ ਮਾਨਯੋਗ ਪੰਜਾਬ ਸਰਕਾਰ ਦੇ ਹੁਕਮਾਂ ਦੇ ਤਹਿਤ ਬੰਦ ਕੀਤੀਆਂ ਗਈਆਂ। ਪੰਜਾਬ ਸਰਕਾਰ ਵੱਲੋਂ ਨਜਾਇਜ਼ ਕਲੋਨੀਆਂ, ਪਲਾਟਾਂ ਅਤੇ ਮਕਾਨਾਂ ਦੀ ਖਰੀਦ 'ਤੇ ਰੋਕ ਲਗਾ ਦਿੱਤੀ ਗਈ ਹੈ। ਅਚਾਨਕ ਆਏ ਇਸ ਫੈਸਲੇ ਨਾਲ ਪ੍ਰਾਪਰਟੀ ਰਜਿਸਟ੍ਰੇਸ਼ਨ 'ਤੇ ਰੋਕ ਲੱਗ ਗਈ ਹੈ। ਉੱਥੇ ਇਸ ਫੈਸਲੇ ਨਾਲ ਲੋਕਾਂ ਵਿੱਚ ਸਰਕਾਰ ਖਿਲਾਫ਼ ਰੋਸ ਪਾਇਆ ਜਾ ਰਿਹਾ ਹੈ। ਅਤੇ ਜਿਹੜੀ ਸਟ੍ਰਾਈਕ ਅੱਜ ਕੀਤੀ ਹੈ 2 ਦਿਨ ਲਈ, ਅੱਜ ਅਤੇ ਕੱਲ੍ਹ, ਉਹ ਅਸੀਂ ਇੱਕ ਤਾਂ ਸਟਾਫ ਨਾ ਪੂਰਾ ਹੋਣ ਕਰਕੇ ਕੀਤੀ ਹੈ ਵੀ ਸਾਨੂੰ ਸਟਾਫ ਜਿਹੜਾ 1995 ਦੇ ਤਹਿਤ ਪੂਰਾ ਦਿੱਤਾ ਜਾਵੇ, ਅਤੇ ਇੱਕ ਜਿਹੜੀ ਪੈਨਸ਼ਨ ਸਕੀਮ ਪੁਰਾਣੀ ਹੈ ਉਹ ਨਵੇਂ ਬੰਦਿਆਂ ਨੂੰ ਜਿਹੜੇ ਨਵੇਂ ਭਰਤੀ ਹੋ ਰਹੇ ਨੇ ਉਹਨਾਂ ਨੂੰ ਦਿੱਤੀ ਜਾਵੇ, ਅਤੇ ਜਿਹੜਾ ਸਾਡਾ DA ਬਕਾਇਆ ਪਿਆ ਉਹ ਸਾਨੂੰ ਦਿੱਤਾ ਜਾਵੇ, ਅਤੇ ਜਿਹੜਾ 2 ਕਿਸ਼ਤਾਂ ਸਾਡੀਆਂ DA ਦੀਆਂ ਨੇ ਉਹ ਜਾਰੀਆਂ ਕੀਤੀਆਂ ਜਾਣ। ਸਿਰਫ ਇਸ ਕਰਕੇ ਹੀ ਸਾਡੀ ਜਿਹੜੀ ਹੈਗੀ ਹੈ ਸਟ੍ਰਾਈਕ 2 ਦਿਨਾਂ ਲਈ ਕੀਤੀ ਹੈ ਅਸੀਂ। ਜੇਕਰ ਸਰਕਾਰ ਨੇ ਸਾਡੀ ਕੋਈ ਸੁਣਵਾਈ ਨਾ ਕੀਤੀ ਤਾਂ ਅੱਗੇ ਲਈ ਵੀ ਸੰਘਰਸ਼ ਜਿਹੜਾ ਵਿੱਢਿਆ ਜਾਵੇ। ਮਾਨਯੋਗ ਸਿਵਲ ਜੱਜ ਅਮਿਤ ਕੁਮਾਰ ਵੱਲੋਂ ਚੋਰੀ ਦੇ ਇੱਕ ਮਾਮਲੇ 'ਤੇ ਸੁਣਵਾਈ ਕਰਦੇ ਹੋਏ ਦੋਸ਼ੀ ਰਵਿੰਦਰ ਨੂੰ 2 ਵੱਖ-ਵੱਖ ਧਾਰਾਵਾਂ ਅਧੀਨ 3-3 ਸਾਲ ਦੀ ਸਜ਼ਾ ਸੁਣਾਈ ਹੈ। ਉੱਥੇ ਹੀ ਦੂਸਰੇ ਦੋਸ਼ੀ ਨੂੰ 1 ਸਾਲ ਦੀ ਸਜ਼ਾ ਸੁਣਾਈ ਹੈ। ਫੈਸਲਾ ਐਸਾ ਹੈ ਜੀ, ਇਹ ਜੋ ਦੋਸ਼ੀ ਰਵਿੰਦਰ ਵ ਆਸ਼ੀਸ਼ 2 ਮੁਲਜ਼ਮ ਥੇ ਜਿਨ੍ਹਾਂ ਨੇ ਮਿਲਕਰ ਦੋਨੋਂ ਨੇ ਡਾਕਟਰ ਬੰਸਲ ਸੁਰਿੰਦਰ ਬੰਸਲ ਕੇ ਯਹਾਂ ਚੋਰੀ ਕੀ ਥੀ ਰਾਤ ਕੋ 9 ਵਜੇ ਕੇ ਕਰੀਬ। ਉਸ ਮੇਂ ਮਾਨਯ ਅਦਾਲਤ ਸ਼੍ਰੀ ਅਮਿਤ ਕੁਮਾਰ ਗਰੋਵਰ ਨੇ ਦੋਨੋਂ ਮੁਲਜ਼ਮੋ ਕੋ ਰਵਿੰਦਰ ਕੋ 3-3 ਸਾਲ ਕੀ ਸਜ਼ਾ, 380 ਮੇਂ 3 ਸਾਲ ਕੀ ਸਜ਼ਾ, 457 ਮੇਂ 3 ਸਾਲ ਕੀ ਸਜ਼ਾ, ਜੋ ਦੋਨੋਂ ਇਕੱਠ ਚਲੇਗੀ ਇਸਮੇਂ 5,000 ਰੁਪਏ ਜੁਰਮਾਨਾ ਕੀਆ ਹੈ ਰਵਿੰਦਰ ਕੋ, ਆਸ਼ੀਸ਼ ਕੋ 1-1 ਸਾਲ ਕੀ ਸਜ਼ਾ ਵ 5,000 ਰੁਪਏ ਜੁਰਮਾਨਾ। ਮੈਂ ਪੂਰੀ ਤਰ੍ਹਾਂ ਸੰਤੁਸ਼ਟ ਹੂੰ ਔਰ ਮੈਂ ਬੜਾ ਆਭਾਰੀ ਹੂੰ ਸ਼੍ਰੀ ਅਮਿਤ ਕੁਮਾਰ ਜੀ ਗਰੋਵਰ ਸਾਹਿਬ ਕਾ, ਜਿਨ੍ਹਾਂ ਨੇ ਇਤਿਹਾਸਿਕ ਫੈਸਲਾ ਸੁਣਾਇਆ ਔਰ ਬੜੇ ਕਮ ਸਮੇਂ ਮੇਂ ਇਹਨਾਂ ਨੇ ਇਹ ਫੈਸਲਾ ਦਿਆ ਆਪਣਾ, ਬਹੁਤ ਬਹੁਤ ਧੰਨਵਾਦ। ਔਰ ਮੈਂ ਚਾਹੂੰਗਾ ਕਿ ਮੁਝੇ ਅੱਛਾ ਲਗਾ ਕਿ ਅਗਰ ਇਸ ਤਰ੍ਹਾਂ ਸੇ ਲੋਕਾਂ ਕੋ ਇਨਸਾਫ ਮਿਲਤਾ ਰਹੇ ਤੋ ਸ਼ਾਇਦ ਹਰਿਆਣੇ ਸੇ ਜੁਰਮ ਨਾ ਕਬੀ ਹੋ। ਐਨਐਲਓ ਨੇਤਾ ਅਭੈ ਸਿੰਘ ਚੌਟਾਲਾ ਨੇ ਭਾਜਪਾ ਸਰਕਾਰ ਨੂੰ ਘੇਰਦਿਆਂ ਕਈ ਨਿਸ਼ਾਨੇ ਸਾਧੇ। ਕੈਥਲ 'ਚ ਨੇਤਾ ਅਭੈ ਸਿੰਘ ਚੌਟਾਲਾ ਵੱਲੋਂ BJP 'ਤੇ ਜੰਮ ਕੇ ਸ਼ਬਦੀ ਵਾਰ ਕਰਦੇ ਹੋਏ ਕਿਹਾ ਕਿ ਜੇਕਰ BJP ਦੇ ਰਾਸ਼ਟਰੀ ਪ੍ਰਧਾਨ ਨੇ ਤਸੱਲੀ ਬਖਸ਼ ਉੱਤਰ ਨਾ ਦਿੱਤੇ ਤਾਂ 15 ਫਰਵਰੀ ਨੂੰ ਅਮਿਤ ਸ਼ਾਹ ਨੂੰ ਕਾਲੇ ਝੰਡੇ ਦਿਖਾ ਕੇ ਉਹਨਾਂ ਦੇ ਹਰਿਆਣਾ ਦੌਰੇ ਦਾ ਵਿਰੋਧ ਕੀਤਾ ਜਾਵੇਗਾ। ਪਿੱਛੇ ਜੇ ਇੱਕ ਆਪਣੇ ਆਪ ਨੂੰ ਕਾਂਗਰਸੀ ਨੇਤਾ ਦਾ ਲੜਕਾ ਜਾਂ ਆਪਣੇ ਆਪ ਨੂੰ ਕਾਂਗਰਸੀ ਦੱਸਦਾ ਨੂੰ ਕਿਸੇ ਮੇਰੇ ਔਰ ਮੇਰੇ ਲੜਕੇ ਨੂੰ ਆਣ ਕੇ ਉਹਨੇ ਧਮਕੀਆਂ ਦਿੱਤੀਆਂ ਕਿ ਉਹ ਪੁਲਿਸ ਕੋਲ ਮੇਰੀ ਸ਼ਿਕਾਇਤ ਕਰਦਾ ਆ, ਅਗਰ ਕੋਈ ਪੁਲਿਸ ਨੇ ਮੇਰਾ ਨੁਕਸਾਨ ਕੀਤਾ ਜਾਂ ਮੇਰਾ ਕੋਈ ਇੱਦਾਂ ਨੁਕਸਾਨ ਹੋਇਆ ਤਾਂ ਮੈਂ ਤੁਹਾਡਾ ਬਹੁਤ ਜ਼ਿਆਦਾ ਨੁਕਸਾਨ ਕਰੂੰਗਾ, ਜਿਹਦੇ ਬਾਰੇ ਮੈਂ DGP ਸਾਹਿਬ ਨੂੰ
ਐਸ ਐਸ ਪੀ ਸਾਹਿਬ ਨੂੰ ਸਾਰਿਆਂ ਨੂੰ ਮੈਂ ਦਰਖਾਸਤਾਂ ਦਿੱਤੀਆਂ, ਪਰ ਅੱਜ ਤੱਕ ਉਸ ਬੰਦੇ ਦੇ ਖਿਲਾਫ਼ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ, ਜਦਕਿ ਉਹਦਾ ਕ੍ਰਿਮੀਨਲ ਰਿਕਾਰਡ ਆ, ਉਹਦੇ ਖਿਲਾਫ਼ ਕਈ ਤਰ੍ਹਾਂ ਦੇ ਪਰਚੇ ਦਰਜ ਆ, ਉਹ ਜੇਲ੍ਹ 'ਚ ਵੀ ਰਹਿ ਕੇ ਆਇਆ ਆ। ਅਤੇ ਇਸ ਤੋਂ ਇਹ ਮਤਲਬ ਸਾਬਤ ਹੁੰਦਾ ਆ ਕਿ ਜੇ ਪ੍ਰਸ਼ਾਸਨ ਨੇ ਅੱਜ ਤੱਕ ਇਹ ਢਿੱਲ ਵਰਤੀ ਆ। ਮੈਂ ਜੀ ਤਕਰੀਬਨ 16-17 ਤਰੀਕ ਦੀ ਗੱਲ ਏ, ਮੈਂ ਜਲੋਖਾ ਨੇ ਆਪਣੇ ਨਿੱਜੀ ਕੰਮ ਲਈ ਜਾ ਰਿਹਾ ਸੀ ਅਤੇ ਰਸਤੇ ਵਿੱਚ ਮੈਨੂੰ ਪਿਆਰਾ ਲਾਲ ਜੀ ਅਤੇ ਉਹਨਾਂ ਦੇ ਬੇਟਾ ਨੀਰਜ ਕੁਮਾਰ ਮਿਲਿਆ ਅਤੇ ਕਿਸੇ ਵਿਸ਼ੇ 'ਤੇ ਮੈਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਕੋਈ ਗੱਲ ਸੀਗੀ ਤਾਂ ਉਹਦੇ ਕਰਕੇ ਤੈਸ਼ ਵਿੱਚ ਆ ਗਏ। ਤੈਸ਼ ਵਿੱਚ ਆਣ ਕੇ ਇਹਨਾਂ ਨੇ ਮੈਨੂੰ ਮਾੜੇ ਚੰਗੇ ਸ਼ਬਦ ਬੋਲੇ ਅਤੇ ਮੈਨੂੰ ਗਾਲੀ ਗਲੋਚ ਕੀਤਾ ਅਤੇ ਫਿਰ ਇਹਨਾਂ ਨੇ ਮੈਨੂੰ ਕਿਹਾ ਵੀ ਮੈਂ ਰਿਟਾਇਰਿੰਗ ਇੰਸਪੈਕਟਰ ਹਾਂ ਤਾਂ ਪੰਜਾਬ ਦਾ ਸ਼ਿਵ ਸੈਨਾ ਬਾਲ ਠਾਕਰੇ ਦਾ ਉਪ ਪ੍ਰਧਾਨ ਹਾਂ ਅਤੇ ਮੈਂ ਆਪਣੇ ਅਹੁਦੇ ਦਾ ਪ੍ਰਯੋਗ ਕਰਕੇ ਕੱਲ੍ਹ ਨੂੰ ਤੈਨੂੰ ਫਸਾਊਂਗਾ। For all updated news, please subscribe Ava News and ring the bell.